ਅਸਲਾਮ ਅਲੈਕਮ ਜੀ ਤੇ ਦੋਸਤੋ ਸੁਣਾਓ ਕੀ ਹਾਲ ਚਾਲ ਅਮੀਰ ਅਕ ਸਾਰੇ ਦੋਸਤ ਬਾਈ ਠੀਕ ਠਾਕ ਹੋਣਗੇ ਅੱਛਾ ਜੀ ਦੋਸਤ ਕਹਿ ਰਹੇ ਸਨ ਪਿਛਲੀ ਵਾਰੀ ਇੱਕ ਦੋ ਵਾਈਟ ਟਰੈਕਟਰ ਜਿਹੜਾ ਮੈਂ ਸਾਹਮਣੇ ਸਕਰੀਨ ਤੇ ਦਿਖਾਇਆ ਸੀ ਆ ਸਾਹਮਣੇ ਤੁਹਾਨੂੰ ਨਜ਼ਰ ਆ ਰਿਹਾ ਹੈਗਾ ਦੋਸਤ ਕਹਿ ਰਹੇ ਨੇ ਕਿ ਏਟੀਐਸ ਦੇ ਵਿੱਚ ਹਰ ਕਲਰ ਜਿਹੜਾ ਹੈ ਉਹ ਸਾਨੂੰ ਮਿਲ ਸਕਦਾ ਵੇ ਹਾਂਜੀ ਦੋਸਤੋ ਏਟੀਐਸ ਤੁਸੀਂ ਟਰੈਕਟਰ ਜਦੋਂ ਬੁੱਕ ਕਰਵਾਓਗੇ ਤੁਸੀਂ ਉਦੋਂ ਆਪਣੀ ਮਰਜ਼ੀ ਨਾਲ ਜਿਹੜਾ ਤੁਹਾਡਾ ਦਿਲ ਕਰੇ ਕਾਲਾ ਪੀਲਾ ਨੀਲਾ ਲਾਲ ਸੁਰਖ ਗੁਲਾਬੀ ਇਹ ਉਹ ਤੁਸੀਂ ਆਪਣੀ ਮਰਜ਼ੀ ਨਾਲ ਜਿਹੜਾ ਪੇਂਟ ਉਹਨੂੰ ਕਰਵਾ ਸਕਦੇ ਹੋ ਉਹ ਪੇਂਟ ਦਾ ਤੁਹਾਡਾ ਤੁਹਾਡਾ ਜਿਹੜਾ ਵੇਨਾ ਤੁਹਾਡਾ ਉਹ ਕਹਿ ਲੋਗੇ 10000 ਰੁਪਏ ਉਹ ਐਕਸਟਰਾ ਲੱਗਣਗੇ ਠੀਕ ਹੋ ਗਿਆ ਜੀ ਤੁਹਾਨੂੰ ਪੇਂਟ ਦੇ ਐਕਸਟਰਾ 10000 ਦੇਣੇ ਪੈਣਗੇ ਕਿਉਂਕਿ ਫਿਰ ਉਹ ਪੇਂਟ ਉਹਨਾਂ ਦਾ ਜ਼ਾਇਆ ਹੁੰਦਾ ਜਿਹੜਾ ਲੱਗ ਗਿਆ ਲੱਗ ਗਿਆ ਬਾਕੀ ਉਹਦਾ ਜ਼ਾਇਆ ਇਸ ਕਰਕੇ ਜਿਹੜਾ ਵੇ ਆਪਣੇ ਨਦੀਮ ਸਾਹਿਬ ਨੇ ਕਿਹਾ ਹੈ ਕਿ ਤੁਹਾਡੇ ਹਰ ਰੰਗ ਦਾ ਪੇਂਟ ਹੋ ਸਕਦਾ ਜਿਹੜਾ ਦਿਲ ਕਰੇ ਤੁਸੀਂ ਪੇਂਟ ਲਵਾ ਸਕਦੇ ਹੋ ਵੇਟ ਲਵਾ ਸਕਦੇ ਹੋ ਪਿੱਛੇ ਵੇਟ ਲਵਾ ਸਕਦੇ ਹੋ ਆਪਣੀ ਮਰਜ਼ੀ ਨਾਲ ਕਰ ਸਕਦੇ ਹੋ ਬਲੈਕ ਕਲਰ ਦਾ ਜਿਸ ਤਰ੍ਹਾਂ ਤੁਸੀਂ ਦਿਲ ਕਰੋ ਲੈ ਸਕਦੇ ਹੋ ਠੀਕ ਹੋ ਗਿਆ ਜੀ ਔਰ ਐਕਸਟਰਾ ਤੁਹਾਡਾ ਜਿਹੜਾ ਉਹ 10000 ਰੁਪਏ ਜਿਹੜਾ ਵੇ ਉਹ ਪੇਂਟ ਤੇ ਲੱਗੇਗਾ ਬਾਕੀ ਕੀਮਤਾਂ ਇਹਨਾਂ ਨੇ ਵੀ 25000 ਵਧਾਤੀਆਂ ਮੈਂ ਪਿਛਲੀ ਵੀਡੀਓ ਚ ਦੱਸਤਾ ਸੀ ਬਾਕੀ ਵੀਡੀਓ ਪਸੰਦ ਆਏ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਅੱਲਾਹ ਹਾਫਿਜ਼